ਇਹਦੇ ਅਕੇਲਾ ਤਾਂ ਆ ਜਾਂਦਾ ਜੀਨ ਪਾਈ ਮੈਂ ਨਿਸ਼ਾਨ ਆ ਜਾਣਾ ਵਾ ਨਿਸ਼ਾਨੀ ਤੇ ਆ ਗਈ ਇਹ ਚਲਾ ਕੇ ਵੇਖੀਏ ਕਹਿੰਦੇ 24 ਇੰਚ ਵਾਲੇ ਨੇ ਚਲਾ ਕੇ ਵੇਖੀ ਕੰਫਰਟ ਚੱਲਦੀ ਕਿ ਨਹੀਂ ਚੱਲਦੀ ਫੋਰਚੂਨਰ ਬਾਕੀ ਵੇਹਣੇ ਸ਼ਾਮ ਨੂੰ ਕੀ ਬਣਦਾ ਆਹ ਦੋ ਬੰਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੈ ਵੀ ਮਿੱਤਰਾ ਅੱਜ ਦੇ ਦਿਨ ਦੇ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਤੀ ਜੀ ਹੈ ਅਤੇ ਕੱਲ੍ਹ ਇੱਦਾਂ ਵਾ ਕਿ ਅੱਜ ਥੋੜ੍ਹਾ ਜਿਹਾ ਸ਼ਡਿਊਲ ਆਪਾਂ ਚੇਂਜ ਕਰਤਾ ਅਤੇ ਬਾਕੀ ਜਿਹਨਾਂ ਨੇ ਕੱਲ੍ਹਾ ਵਲੌਗ ਵੇਖਿਆ ਨਾ ਮੈਨੂੰ ਪਤਾ ਕਿ ਨੰਨੂ ਹੁਣ ਚਾਚੇ ਨਹੀਂ ਆ ਗਏ ਅਤੇ ਗੈਂਗ ਪੂਰੀ ਹੁੰਦੀ ਜਾਂਦੀ ਆ ਗੈਂਗ ਕਦੀ ਵੀ ਪੂਰੀ ਨਹੀਂ ਹੋ ਸਕਦੀ ਇਹ ਵੀ ਗੱਲ ਹੈਗੀ ਕਿਉਂਕਿ ਬੰਦੇ ਮਤਲਬ ਕਿ ਕੋਈ ਨਾ ਕੋਈ ਬੰਦਾ ਬਿਜ਼ੀ ਹੁੰਦਾ ਹੈ ਨਾ ਵਿੱਚੋਂ ਅਤੇ ਗੈਂਗ ਦੇ ਮੈਂਬਰ ਬਹੁਤ ਜ਼ਿਆਦਾ ਆਪਣੇ ਦਾਦੇ ਦੀ ਕਿਰਪਾ ਨਾਲ ਹੈ ਨਾ ਚੱਲ ਇਹ ਕਿ 5-7 ਜਣੇ ਹੁਣ ਤਾਂ ਰੌਣਕ ਲੱਗ ਜਾਂਦੀ ਹੈ ਹੈ ਨਾ 5-7 ਕੀ ਮੈਂ ਇਕੱਲਾ ਮਤਲਬ ਮੇਰੇ ਨਾਲ 2-3 ਜਣੇ ਹੁਣ ਤਾਂ ਵੀ ਰੌਣਕ ਲਾ ਛੱਡੀ ਦੀ ਹੈ ਨਾ ਬੰਦੇ ਸਾਰੇ ਆਪਣੇ ਰੌਣਕ ਹੀ ਆ ਅਤੇ ਅੱਜ ਚੇਂਜ ਸ਼ਡਿਊਲ ਇਹ ਕੀਤਾ ਵਾ ਕਿ ਸਾਰੇ ਸੁੱਤੇ ਅਤੇ ਇੱਕ ਰਾਤ ਨਾਲ ਇਹਨਾਂ ਨੇ ਬਹੁਤ ਗਾਹ ਪਾਇਆ ਵਲੌਗ ਨਹੀਂ ਬਣਾਇਆ ਬਾਅਦ ਚੋਂ ਅਸੀਂ ਆਫ ਕੈਮਰਾ ਚੱਲਿਆ ਕੰਮ ਅਤੇ ਬਾਅਦ ਵਿੱਚ ਸੁੱਤੇ ਲੇਟ ਆ ਅਤੇ ਮੈਂ ਸਵੇਰੇ ਉੱਠਣਾ 5:30 ਅਤੇ ਨਹਾ ਧੋ ਕੇ ਆਪਣਾ ਮੈਨੂੰ ਇਹੀ ਕਿ ਮੈਂ ਗੁਰਦੁਆਰਾ ਸਾਹਿਬ ਤੋਂ ਆਵਾਂ ਇਹਨਾਂ ਦੇ ਚੱਕਰ ਦੇ ਵਿੱਚ ਮੈਂ ਲੇਟ ਹੋ ਜਾਂਦਾ ਅਤੇ ਤਾਂ ਕਰਕੇ ਮੈਂ ਇਹ ਸੋਚਿਆ ਕਿ ਮੈਂ ਪਹਿਲਾਂ ਗੁਰਦੁਆਰਾ ਸਾਹਿਬ ਤੋਂ ਹੋ ਗਏ ਆ ਕੇ ਫਿਰ ਉਹਨਾਂ ਨੂੰ ਉਠਾ ਲੂੰਗਾ ਇਹਨਾਂ ਨੇ ਮਹਾਂ ਉਦੋਂ ਉੱਠਣਾ ਵੇਖੋ 9 ਵੱਜ ਜਾਣੇ ਮੈਨੂੰ ਆਉਂਦਿਆਂ ਵਾਪਸ ਇਹਨਾਂ ਨੇ ਉਦੋਂ ਵੀ ਮੂੰਹ ਸਿਰ ਵੱਟਣੇ ਆ ਕਿਉਂਕਿ ਜ਼ਿੰਮੇਵਾਰੀਆਂ ਨਹੀਂ ਹੈਗੀਆਂ ਜਾਣਾ ਸਹੀ ਗੱਲ ਦੱਸਾਂ ਨਾ ਮੈਨੂੰ ਕਈ ਭਰਾ ਪੁੱਛਦੇ ਹੁੰਦੇ ਆ ਕਿ ਟਾਈਮ ਸਿਰ ਕਿੱਦਾਂ ਉੱਠ ਪੈਂਦਾ ਜਾਣ ਜਦੋਂ ਬੰਦੇ ਸਿਰ 'ਤੇ ਜ਼ਿੰਮੇਵਾਰੀ ਹੁੰਦੀ ਆ ਨਾ ਉਠਾਉਂਦੀਆਂ ਬੰਦੇ ਨੂੰ ਜਿਹੜੇ ਭਰਾ ਬਾਹਰ ਗਏ ਆ ਨਾ ਉਹਨਾਂ ਨੂੰ ਪੁੱਛ ਕੇ ਵੇਖੋ ਉਹ ਸੋਮਵਾਰ ਤੋਂ ਲੈ ਕੇ ਅਤੇ ਸ਼ਨੀਵਾਰ ਤੱਕ ਸ਼ੁੱਕਰਵਾਰ ਤੱਕ ਸ਼ਿਫਟਾਂ ਲਾਉਂਦੇ ਆ ਅਤੇ ਜੇ ਮੰਨ ਲਾ ਇੱਕ ਦਿਨ ਵਿੱਚੋਂ ਬਚਦਾ ਦਿਨ ਉਹਨਾਂ ਨੇ ਆਪਣੇ ਕੰਮ ਕਰਨੇ ਅਤੇ ਕੱਪੜੇ ਧੋਣੇ ਦੇ ਬੜੇ ਕੰਮ ਹੁੰਦੇ ਆ ਉਹ ਬੰਦੇ ਨੂੰ ਪੁੱਛ ਕੇ ਵੇਖੋ ਕਿ ਸਵੇਰੇ ਟਾਈਮ ਸੁੱਟ ਕੇ ਚਲ ਜਾਂਦੇ ਆ ਰਾਤ ਨੂੰ ਲੇਟ ਆਉਂਦੇ ਆ ਰੋਟੀ ਪਾਣੀ ਬੜਾ ਔਖਾ ਵਾ ਹੈ ਨਾ ਅਤੇ ਚਲੋ ਅਸੀਂ ਫਿਰ ਵੀ ਬੜੇ ਸੌਖੇ ਮੈਂ ਤਾਂ ਨਾ ਮੈਂ ਫਿਰ ਸੌਖਾ ਵਾ ਹੈ ਨਾ ਅਤੇ ਬਾਕੀ ਇੱਕ ਗੱਲ ਆ ਉਹ ਗੁਰਦੁਆਰਾ ਸਾਹਿਬ ਜਦੋਂ ਉੱਥੋਂ ਆਊਂਗਾ ਵਾਪਸ ਉਹ ਤੁਹਾਡੇ ਨਾਲ ਚੀਜ਼ ਸ਼ੇਅਰ ਕਰੂੰਗਾ ਜੇ ਜੋ ਮੈਂ ਆਪਣੀ ਜ਼ਿੰਦਗੀ 'ਚ ਅਪਣਾਈ ਆ ਅਪਣਾਈ ਕਾਹਦੀ ਉਹ ਮਾਲਕ ਨੇ ਕੀਤਾ ਸਾਰਾ ਅਤੇ ਉਸ ਚੀਜ਼ ਦਾ ਫਾਇਦਾ ਹੀ ਫਾਇਦਾ ਬੰਦੇ ਨੂੰ ਹੈ ਨਾ ਕਰਕੇ ਵੇਖ ਲਿਓ ਕਰਨੀ ਬੜੀ ਔਖੀ ਹੈ ਗਲਤੀਆਂ ਬੰਦੇ ਕੋਲ ਹੋ ਜਾਂਦੀਆਂ ਅਤੇ ਪਰ ਉਹ ਚੀਜ਼ ਦਾ ਤੁਹਾਨੂੰ ਰਿਜ਼ਲਟ ਬੜਾ ਸੋਹਣਾ ਮਿਲੂਗਾ ਅਤੇ ਫਿਲਹਾਲ ਆਪਾਂ ਹੁਣ ਚੱਲੀਏ ਲੋਏ ਲੋਏ ਹੈ ਨਾ ਡਾਇਟ ਥੋੜ੍ਹੀ ਜਿਹੀ ਨਾਲ ਲੈ ਜਾਂਦੇ ਖਾਣ ਪੀਣ ਵਾਲੀ ਆ ਜਾਓ ਪਈ ਗੱਦੇ ਲਾ ਕੇ ਅਤੇ ਅੰਦਰ ਪਏ ਕੱਲ੍ਹ ਨੂੰ ਗੱਲਾਂ ਕਰਾਉਣੀਆਂ ਬੀਟਾਂ ਚੱਲਣ ਡੀਆਂ ਹੈ ਇਹ ਉੱਠਦੇ ਨਹੀਂ ਸੀਆਂ ਨਹੀਂ ਯਾਰੇ ਲੈਣ ਡੇ ਆ ਵੀ ਕੀ ਆਉਂਦਾ ਲੈ ਵੀ ਡਾਇਟ ਆਪਾਂ ਆਪਣੇ ਨਾਲ ਲੈ ਪਾ ਤੇ ਚੱਲ ਯਾਰ ਹੋਣਾ ਨੇ ਗੁਰੂ ਮਹਾਰਾਜ ਦਰਸ਼ਨ ਕਰਕੇ ਆਉਂਦੇ ਆ ਬੰਦਾ ਆਪਣਾ ਕੋਈ ਨਹੀਂ ਉੱਠਿਆ 8 ਵਜੇ ਲਾ ਲਓ ਹਿਸਾਬ ਤੁਸੀਂ ਕਾਹਦੀਆਂ ਨੀਂਦਾਂ ਚੜੀਆਂ ਪਈਆਂ ਹੈ ਫੁੱਲ ਪਾਸ਼ੀ ਕਰਨ ਡੇ ਬੰਦੇ ਫੁੱਲ ਪਾਸ਼ੀ ਹੈ ਲੈ ਵੀ ਮਿੱਤਰਾ ਗੁਰੂ ਮਹਾਰਾਜ ਦਰਸ਼ਨ ਮਿਲੇ ਆਪਾਂ ਕਰ ਲਏ ਜੀ ਅਤੇ ਚੱਲੀਏ ਹੁਣ ਲੋਏ ਲੋਏ ਘਰ ਨੂੰ ਉਹਦੇ ਬੰਦਿਆਂ ਨੂੰ ਉਠਾਈਏ ਜਾ ਕੇ ਹੈ ਹਜੇ ਵੀ ਸੁੱਤੇ ਹੋਣੇ ਜੇ ਵੇਖੇ ਤੁਹਾਨੂੰ ਜਾਇਆ ਖਾਂਦਾ ਮੈਂ ਬੇਸੁਰ ਤੇ 9 ਵੱਜ ਗਏ ਆ ਅਤੇ ਹਜੇ ਵੀ ਉੱਦਾਂ ਹੀ ਪਏ ਹੋਣੇ ਕੀ ਯਾਰ ਹੋਣੀ ਫਲੈਟ ਅਤੇ ਮੈਂ ਤੁਹਾਨੂੰ ਦੱਸਿਆ ਜੀ ਮੇਰੇ ਮਨ 'ਚ ਗੱਲ ਸੀ ਅਤੇ ਮੈਂ ਚੱਲ ਰਾਹ 'ਚ ਕਰਨੀ ਰਾਹ 'ਚ ਟ੍ਰੈਫਿਕ ਬੜੀ ਜ਼ਿਆਦੀ ਫਿਰ ਮੈਂ ਸੋਚਿਆ ਮੈਂ ਚੱਲ ਫਲੈਟ ਜਾਇਆ ਕਰਦਾ ਹੈ ਗੱਡੀ ਇੱਕ ਨਾਲ ਲਾ ਜਾਣ ਮੇਰੀ ਇਹ ਗੱਲ ਇੱਦਾਂ ਵਾ ਕਿ ਆਪਾਂ ਜਿੰਨੇ ਭਰਾ ਤੁਸੀਂ ਵੇਖਦੇ ਜਾਣਾ ਆਪਾਂ ਜਿਹੜਾ ਕੰਮ ਖੁਦ ਕਰੀਦਾ ਉਹ ਤੁਹਾਨੂੰ ਦੱਸੀ ਤੱਕ ਜਾਣਾ ਕੰਮ ਕਰ ਲਿਆ ਕਰੋ ਹੈ ਨਾ ਆਹ ਚੀਜ਼ ਕਰ ਲਿਆ ਕਰੋ ਕਦੀ ਉਹ ਚੀਜ਼ ਨਹੀਂ ਕਿ ਦੱਸੀ ਕਿ ਜਿਹੜੀ ਆਪ ਕਦੀ ਕੀਤੀ ਨਹੀਂ ਤੁਹਾਨੂੰ ਮਤਾਂ ਦੇਈ ਜਾਈਏ ਗੁਰੂ ਘਰ ਜਾਈਦਾ ਰੋਜ਼ ਤੁਹਾਨੂੰ ਕਹੀਦਾ ਕਿ
ਜਾਇਆ ਕਰੋ, ਕਿਉਂਕਿ ਉਹ ਮਾਲਕ ਨੇ ਆਪਾਂ ਨੂੰ ਭੇਜਿਆ ਇੱਥੇ। ਸਾਰੇ ਕੰਮ ਕਾਜ ਜੋ ਆਪਾਂ ਕਰਦੇ ਹਾਂ ਸਾਰੇ, ਮਤਲਬ ਕਿ ਇਹਨਾਂ ਦਾ ਕੋਈ 1% ਵੀ ਨਹੀਂ ਫਾਇਦਾ ਜੇ ਆਪਾਂ ਰੱਬ ਨੂੰ ਨਹੀਂ ਮੰਨਦੇ। ਅਤੇ ਜੇ ਆਪਾਂ ਉਹਨੂੰ ਮੰਨਦੇ ਹਾਂ ਨਾ, ਜਿਹੜੀ ਚੀਜ਼ ਆਪਾਂ ਜ਼ਿੰਦਗੀ ਸੋਚੀ ਹੋਣੀ ਨਾ, ਉਹ ਰੱਬ ਆਪਾਂ ਨੂੰ ਉਹ ਵੀ ਦੇ ਦਿੰਦਾ। ਅਤੇ ਕੋਸ਼ਿਸ਼ ਕਰਿਆ ਕਰੋ ਆਪਣੀ ਜ਼ਿੰਦਗੀ ਵਿੱਚ ਉਹੋ ਜਿਹੇ ਕੰਮ ਕਰੋ ਜਿਹਦੇ ਨਾਲ ਤੁਹਾਨੂੰ ਸਕੂਨ ਮਿਲਦਾ। ਆਪਾਂ ਨੂੰ ਪਤਾ ਹੁੰਦਾ ਕਿ ਆਹ ਕੰਮ ਮਾੜਾ ਵਾ, ਆਹ ਕੰਮ ਗਲਤ ਆ, ਉਹ ਕੰਮ ਨਹੀਂ ਕਰਨਾ, ਹੈ ਨਾ। ਕੋਈ ਤੁਹਾਡੇ 'ਤੇ ਲੱਖਾਂ ਇਲਜ਼ਾਮ ਲਾਈ ਜਾਵੇ, ਕੁਛ ਵੀ ਕਹੀ ਜਾਵੇ, ਪਰ ਤੁਹਾਨੂੰ ਪਤਾ ਤੁਸੀਂ ਉਹ ਕੰਮ ਨਹੀਂ ਨਾ ਕੀਤਾ। ਹੁਣ ਮੇਰੇ 'ਤੇ ਇਲਜ਼ਾਮ ਕੀ ਲੱਗਦੇ ਜ਼ਿਆਦਾ ਕਿ ਇਹ ਬਲੈਕ ਕਰਦੇ ਜੀ, ਚਿੱਟਾ ਵੇਚਦੇ ਜੇ, ਕਰਦੇ ਉਹ ਕਰਦੇ, ਹੈ ਨਾ। ਆਪਾਂ ਨੂੰ ਪਤਾ ਆਪਾਂ ਆਹ ਕੰਮ ਕਦੀ ਕੀਤਾ ਨਹੀਂ ਜ਼ਿੰਦਗੀ 'ਚ, ਆਪਣੇ ਮਾਲਕ ਨੂੰ ਪਤਾ ਵਾ। ਲੋਕ ਕੁਛ ਵੀ ਕਹੀ ਜਾਣ, ਆਪਾਂ ਕਿਸੇ ਨੂੰ ਸਫਾਈ ਦੇਣ ਦੀ ਆਪਾਂ ਨੂੰ ਲੋੜ ਨਹੀਂ, ਆਪਣੇ ਰੱਬ ਨੂੰ ਪਤਾ, ਹੈ ਨਾ, ਕਿ ਆਪਾਂ ਸਹੀ ਹਾਂ। ਅਤੇ ਜਿੱਦਾਂ ਦੇ ਆਪਾਂ ਕਰਮ ਕਰਾਂਗੇ ਨਾ, ਉੱਦਾਂ ਦਾ ਹੀ ਆਪਾਂ ਨੂੰ ਫਲ ਮਿਲਣਾ। ਜੇ ਆਪਾਂ ਕਿਸੇ ਨਾਲ ਮਾੜੀ ਕਰਦੇ ਨਾ, ਇਹ ਨਾ ਸੋਚੋ ਕਿ ਸਾਡੇ ਨਾਲ ਹੋਣੀ ਨਹੀਂ, ਸਾਡੇ ਕੋਲ ਪੈਸਾ ਧੇਲਾ ਵਾ, ਅਸੀਂ ਪਾਵਰ ਦੇ ਵਿੱਚ ਹਾਂ। ਇੱਥੇ ਚੰਗਿਆਂ ਭਲਿਆਂ ਦੇ ਗੋਡੇ ਲੱਗ ਜਾਂਦੇ ਆ ਜਦੋਂ ਉਹ ਮਾਲਕ ਮਾਰ ਮਾਰਦਾ ਨਾ, ਫਿਰ ਮਾਣ ਹੰਕਾਰ ਸਾਰੇ ਟੁੱਟ ਜਾਂਦੇ ਆ। ਬੰਦੇ ਹੀ ਹਾਂ ਆਪਾਂ, ਰੱਬ ਥੋੜ੍ਹੀ ਹਾਂ, ਹੈ ਨਾ। ਅਤੇ ਬੰਦੇ ਹੋ ਗਏ ਆਪਾਂ, ਬੰਦਿਆਂ ਨਾਲ ਮਾੜੀ ਕਰਾਂਗੇ ਅਤੇ ਫਿਰ ਜਿਹੜਾ ਅਗਲਾ ਬੰਦਾ ਵਾ ਉਹ ਘੁੰਮ ਕੇ ਕਰਮ 'ਤੇ ਆਪਣੇ 'ਤੇ ਆਉਣਾ ਹੀ ਆਉਣਾ ਉਹਦਾ, ਹੈ ਨਾ। ਜੇ ਆਪਾਂ ਕਿਸੇ ਨਾਲ ਧੱਕਾ ਕਰਾਂਗੇ ਆਪਣੇ ਨਾਲ ਵੀ ਆਉਣਾ ਆਉਣਾ ਵਾ। ਇਸ ਕਰਕੇ ਚੰਗੇ ਕਰਮ ਕਰੋ, ਚੰਗੇ ਕਰਮਾਂ ਦਾ ਫਲ ਵੀ ਚੰਗਾ ਹੀ ਮਿਲੂਗਾ, ਠੀਕ ਹੈ ਮੇਰੀ ਜਾਨ। ਅਤੇ ਮੈਨੂੰ ਮਿਲਿਆ ਵੀ ਆ ਅੱਜ ਜੋ ਕੁਛ ਮੈਂ ਲਈ ਫਿਰਦਾ, ਸਾਰਾ ਤਾਮਾ ਜਾਮਾ ਉਹ ਮਾਲਕ ਦੀ ਮੇਰਾ ਰਹਿਮਤਾਂ ਨਾਲ। ਕਦੀ ਕਿਸੇ ਦਾ ਮਾੜਾ ਨਹੀਂ ਸੋਚਿਆ, ਕਦੀ ਕਿਸੇ ਦਾ ਮਾੜਾ ਨਹੀਂ ਕੀਤਾ। ਇੱਥੇ ਬਥੇਰੇ ਕਹਿ ਦਿੰਦੇ ਆ ਢਿਲੋਂ ਨੇ ਮਾੜੀ ਕੀਤੀ, ਫਲਾਣ ਕਿਤਾ ਢੀਂਗ ਕੀਤਾ, ਕਿਸੇ ਦੇ ਪੈਸੇ ਮਾਰੇ ਆ, ਕਿਸੇ ਦਾ ਕਿਸੇ ਦੀ ਮੱਲਾ, ਕੋਈ ਕਿਸੇ ਦੇ ਘਰ ਜਾ ਕੇ ਕਿਸੇ ਦਾ ਕਿਸੇ ਦੀ ਭੈਣ ਨਾਲ ਗੱਲਬਾਤ ਕਰ ਲਈ ਆ, ਕੋਈ ਇਹੋ ਜਿਹੀ ਚੀਜ਼ ਕੀਤੀ ਕਿ ਕਦੀ ਇਹੋ ਜਿਹੀ ਫੁੱਦੂ ਹਰਕਤਾਂ ਨਹੀਂ ਕੀਤੀਆਂ, ਨਾ ਕਦੀ ਕਿਸੇ ਦੇ ਪੈਸੇ ਮਾਰੇ, ਕਦੀ ਵੀ ਇਹੋ ਜਿਹਾ ਕੰਮ ਕੀਤਾ ਨਹੀਂ। ਕਹਿਣ ਨੂੰ ਜੋ ਮਰਜ਼ੀ ਕਹੀ ਜਾਵੇ, ਢਿਲੋਂ ਸਾਡੇ ਨਾਲ ਮਾੜੀ ਕੀਤੀ, ਕੀ ਮਾੜੀ ਕੀਤੀ ਨਾ, ਬੰਦੇ ਨੂੰ ਆਪਾਂ ਸਾਹਮਣੇ ਬਹਾ ਕੇ ਪੁੱਛ ਵੀ ਲਵਾਂਗੇ ਨਾ ਕੀ ਕੀਤਾ, ਉਹਨਾਂ ਨੂੰ ਜਵਾਬ ਨਹੀਂ ਆਉਣਾ, ਵੱਧ ਤੋਂ ਵੱਧ ਫਲੈਟ ਦੀ ਚਾਬੀ ਨਹੀਂ ਦਿੱਤੀ ਜਾਊਗੀ, ਹੈ ਨਾ, ਕਿਤੇ ਗੱਡੀ ਨਾ ਦਿੱਤੀ ਜਾਊਗੀ। ਇਹੋ ਜਿਹੇ ਭਾਵੇਂ ਕੰਮ ਕੀਤੇ ਹੋਣ, ਪਰ ਕਦੀ ਇਹੋ ਜਿਹੀ ਹਰਕਤ ਨਹੀਂ ਕੀਤੀ ਕਿ ਆਪਣੇ ਮਨ ਨੂੰ ਠੇਸ ਪਹੁੰਚੇ। ਅਗਲਾ ਜੋ ਮਰਜ਼ੀ ਕਹੀ ਜਾਓ, ਜਿਹਨੇ ਆਪਣੇ ਤੋਂ ਪਛਾਣ ਨਾ, ਉਹਨੇ ਸੌ ਬੰਦੇ ਲੱਭ ਲੈਣੇ ਆ ਕਿ ਇਹਨੇ ਮੇਰੇ ਨਾਲ ਕੀਤਾ, ਜੋ ਕੀਤਾ, ਆਪਾਂ ਨੂੰ ਪਤਾ ਵੀ ਨਹੀਂ ਹੁੰਦਾ। ਅਗਲਾ ਆਪਣੇ ਨਾਲ ਮੇਰੇ ਕੋਈ 2-4 ਯਾਰ ਇਹੋ ਜਿਹੇ ਆ ਜਿਹਨਾਂ ਦਾ ਮੈਨੂੰ ਪਤਾ ਵੀ ਨਹੀਂ ਕਿਹੜੀ ਗੱਲ ਬੰਦੇ ਨੂੰ ਪੁੱਛਿਆ ਵੀ, ਮੈਂ ਯਾਰ ਕੀ ਗੱਲ, ਕੀ ਕੋਈ ਗੱਲ ਮੰਜ ਦੱਸੋ, ਗੱਲ ਵੀ ਕੋਈ ਨਹੀਂ ਆ, ਅਤੇ ਮਿਲਣੋਂ ਵਰਤਣੋਂ ਵੀ ਹਟੇ ਆ, ਹੈ ਨਾ। ਅਤੇ ਆਪਾਂ ਕੁਛ ਨਹੀਂ ਵੀ ਕਹੀਦਾ, ਫਿਰ ਵੀ ਫਿਰ ਇੱਥੋਂ ਤੱਕ ਕਿ ਨਾਲ ਐਡ ਵੀ ਆ, ਹੈ ਨਾ, ਗੱਲਬਾਤ ਕਿਤੇ ਵਿਰਾਹ ਗਲੀ ਮਿਲਣਾ, ਗੱਲ ਵੀ ਕਰਨੀ ਆ, ਅਤੇ ਗੱਲ ਕਦੀ ਮਨ 'ਚ ਈਰਖਾ ਵੀ ਰੱਖਣੀ ਦੀ। ਪਰ ਆਪਾਂ ਉਸ ਚੀਜ਼ ਉਹ ਬੰਦੇ ਤੋਂ ਪਿੱਛੇ ਹੋ ਜਾਈਦਾ ਕਿ ਬਈ ਜਦੋਂ ਪਤਾ ਲੱਗ ਜਾਂਦਾ ਕਿ ਬੰਦੇ ਦੇ ਮਨ 'ਚ ਈਰਖਾ ਵਾ, ਮੈਂ ਲਿਆ ਬੰਦਾ ਪਛਾਣ ਹੋ ਜਾਏ, ਹੈ ਨਾ। ਅਤੇ ਗੱਲ ਕਦੀ ਆਪਣੇ ਮਨ 'ਚ ਇਹ ਚੀਜ਼ ਸੋਚਣੀ ਕਿ ਆਪਾਂ ਇਹਦਾ ਰੋਟੀ ਪਾਣੀ ਖਾਧਾ, ਆਪਾਂ ਉਹਦੇ ਬਾਰੇ ਮਾੜਾ ਨਹੀਂ ਸੋਚਣਾ। ਅਤੇ ਇੱਕ ਜਦੋਂ ਗੁਰਦੁਆਰਾ ਸਾਹਿਬ ਜਾਂਦੇ ਹੁੰਦੇ ਆ, ਆਪਣੇ ਜੋ ਵੀ ਤੁਸੀਂ ਕਮਾਈ ਕਰਦੇ ਜੋ ਤੋਂ ਸੰਬੰਧ ਜ਼ਰੂਰ ਕੱਢਿਆ ਕਰੋ, ਦਸਵੰਧ ਕੱਢ ਕੇ ਮਾਲਕ ਦੇ ਅੱਗੇ ਰੱਖ ਕੇ ਇਹ ਗੱਲ ਜ਼ਰੂਰ ਕਿਹਾ ਕਰੋ, ਸੱਚੇ ਪਾਤਸ਼ਾਹ ਤੇਰੀ ਦਿੱਤੇ ਹੋਏ ਚੀਜ਼ਾਂ ਦਿੱਤੀ ਹੋਈ ਕਮਾਈ ਦੇ ਵਿੱਚੋਂ ਦਸਵਾਂ ਹਿੱਸਾ, ਹੈ ਨਾ, ਕਿ ਉਹ ਮਾਲਕ ਨੇ ਆਪਣੇ ਹਿਸਾਬ ਨਾਲ ਤੁਸੀਂ ਜਿਹਨੂੰ ਕਿਸੇ ਮਤਲਬ ਕਿ ਜਿੱਦਾਂ ਆਪਾਂ ਲੰਗ ਉੱਥੇ ਪਾ ਦਿੰਦੇ ਹਾਂ, ਹੈ ਨਾ, ਉੱਥੇ ਲੰਗਰ 'ਚ ਪੈ ਗਏ, ਜਾਂ ਉੱਥੇ ਮੰਨ ਲਓ ਜਦੋਂ ਜਿਹੜੇ ਗਰੀਬਾਂ ਨੂੰ ਬਣਦੇ ਕੰਬਲ ਬਣਦੇ, ਕਈ ਚੀਜ਼ਾਂ ਹੋਰ ਵੀ ਹੁੰਦੀਆਂ, ਹੈ ਨਾ, ਅਤੇ ਉਹ ਤੁਸੀਂ ਆਪਣੇ ਵੱਲੋਂ ਆਪਣੇ ਮਾਲਕ ਦੇ ਘਰ ਉਹਦੇ ਚਰਨਾਂ 'ਚ ਰੱਖ ਆਉਣੇ ਆ, ਹੈ ਨਾ, ਦਿੱਤਾ ਵੀ ਉਹਨੇ ਆ, ਅਤੇ ਆਪਣੇ ਹਿਸਾਬ ਨਾਲ ਤੁਸੀਂ ਬਸ ਉੱਥੇ ਰੱਖ ਆਉਣੇ ਕਿ ਸੱਚੇ ਪਾਤਸ਼ਾਹ ਤੇਰੀ ਦਿੱਤੀ ਕਮਾਈ 'ਚੋਂ ਇਹ ਦਸਵੰਧ। ਅਤੇ ਇਹੋ ਜਿਹੇ ਕੰਮ ਕਰਿਆ ਕਰੋ ਜਿਹਨਾਂ ਮਨ ਨੂੰ ਸਕੂਨ ਮਿਲੇ। ਜੇ ਕੋਈ ਤੁਹਾਨੂੰ ਰਾਹ ਗਲੀ ਕੋਈ ਭੁੱਖਾ ਮਿਲਦਾ ਵਾ, ਜੇ ਕੋਈ ਕੱਪੜਾ ਨਹੀਂ ਹੈਗਾ ਉਹਨੂੰ ਕੱਪੜੇ ਲੈ ਕੇ ਦੇ ਤੇ, ਜਿਹੜੀ ਜਿਹੜੀ ਵੀਡੀਓ ਪਾਉਣੀ ਪਾਉਣੀ ਆ, ਤੁਹਾਡੇ ਮਨ ਨੂੰ ਸਕੂਨ ਮਿਲੂਗਾ ਜੇ ਤੁਸੀਂ ਇਹੋ ਜਿਹੇ ਕੰਮ ਕਰੋਗੇ। ਅਤੇ ਇਹਨਾਂ ਚੀਜ਼ਾਂ ਦਾ ਤੁਹਾਨੂੰ ਫਲ ਵੀ ਵੇਖਿਓ ਵਧੀਆ ਮਿਲੂਗਾ, ਹੈ ਨਾ। ਇਹ ਚੰਗੇ ਕਰਮ ਹੀ ਹੁੰਦੇ, ਆਪਾਂ ਕਿਸੇ ਦੀ ਮਦਦ ਕਰ ਦੇਣੀ। ਅਤੇ ਜਿਹੜਾ ਲੋੜਵੰਦ ਉਹਦੀ ਮਦਦ ਕਰੋ, ਜਿਹੜਾ ਪਹਿਲਾਂ ਰੱਜਿਆ ਪੁੱਜਿਆ, ਹੈ ਨਾ। ਇੱਥੇ ਕਈ ਪਖੰਡ ਵੀ ਕਰਦੇ ਆ, ਬੜਾ ਕੁਛ ਕਰਦੀ ਦੁਨੀਆ, ਹੈ ਨਾ, ਵੇਖ ਚਾਹ ਕੇ ਆਪਣੇ ਹਿਸਾਬ ਨਾਲ, ਅਤੇ ਜਿਹੜਾ ਤੁਹਾਡੇ ਮਨ ਨੂੰ ਸਕੂਨ ਮਿਲੇ। ਅਤੇ ਹੁਣ ਆਪਾਂ ਇੱਦਾਂ ਕਰੀਏ, ਗੱਲਬਾਤ ਜਿਵੇਂ ਕਰਨ ਡਿਆ ਵਾ, ਤਾਂ ਮੇਰਾ ਭਾਵੇਂ ਘੰਟੇ ਦਾ ਬਲੌਗ ਇਹੋ ਹੀ ਬਣ ਜੇ, ਹੈ ਨਾ। ਗੱਲਾਂ ਬਾਤਾਂ 'ਚੋਂ ਗੱਲਾਂ ਬਾਤਾਂ ਨਿਕਲਦੀਆਂ ਆਉਂਦੀਆਂ ਬਾਅਦ 'ਚੋਂ। ਅਤੇ ਹੁਣ ਆਪਾਂ ਚਲੀਏ ਕੋਠੇ 'ਤੇ, ਬੰਦੇ ਆਪਣੇ ਉਠਾਈਏ, ਹੈਂ,
ਜਿਮ ਜੁਮ ਲਵਾ ਕੇ ਲਿਆ ਮਿੱਤਰਾ, ਪਹੁੰਚ ਗਏ ਯਾਰ ਹੁਣੀ ਫਲੈਟ। ਉਹ ਗੈਂਗ ਉੱਠਦੇ ਨੇ ਗੁਰੂਆ, ਹੈਂ ਉਹ ਸਰਪੰਚਾ ਜਾਣਾ ਨੀ ਪਿੰਡ ਨੂੰ, ਉਹ ਤਾਂ ਰਮੇਸ਼ੀ ਹੋਣੀ ਪੱਗ ਬੰਨੀ ਜਾਂਦੇ ਆ ਗੁਰੂਆ, ਪੱਗਾਂ ਇੱਕ ਤੋਂ ਹੋਰ ਲੈ ਲਾ ਮੇਰਾ ਵੀ ਪਾਲਣ ਪੋਸਣ ਇੱਕੋ ਹੀ ਬੰਨੀ ਜਾਂਦਾ। ਇੱਦਾਂ ਕਰਦੇ ਇੱਥੇ ਬੰਦੇ ਨੇ ਕੋਈ ਦੁਬਾਰ ਨਹੀਂ ਕਿਹੜਾ ਪਿਆ, ਭੈਣ ਜੀ ਕੰਬਲ ਚੇਂਜ ਕਰਨਾ ਬੜਾ ਹੀ ਮੁਸ਼ਕਿਲ ਪੈ ਗਿਆ ਜੀ ਮੇਰੇ ਕੰਬਲ 'ਚ। ਯਾਰ ਕੁਝ ਨਹੀਂ ਯਾਰ, ਉਹ ਜਾਣਾ ਤੁਸੀਂ ਜਾਂਦੇ ਨਹੀਂ ਜੀ, ਫਿਰ ਅਸੀਂ ਤਾਂ ਬਾਸ਼ ਹੀ ਕਰਨੀ ਹੈ ਜੀ ਇਹਦੇ। ਕਿਉਂ ਚਾਚ ਕੀ ਗੱਲ ਹੋਈ ਬਹੂ, ਉਹਨਾਂ ਨੂੰ ਮੋਬਾਇਲ ਗੁਆ ਗਿਆ ਸੀ ਉਹ ਫੋਲੀ ਬਾਸ਼ ਹੀ, ਹੋਰ ਫਿਰ ਪੁੱਤ ਕੀ ਹਾਲ ਆ, ਉੱਠ ਮੋਬਾਇਲ ਕਿਉਂ ਨਹੀਂ ਲੱਭਾ ਲੱਗਦਾ ਮੈਨੂੰ। ਚਾਚੇ ਦਾ ਫੋਨ ਖੁੱਲਾ ਪਿਆ ਸਨੈਪਚੈਟ ਤੇ, ਖੋਲ ਮਾੜੀ ਕਿੱਥੇ ਆ ਸਨੈਪਚੈਟ ਚ, ਉਹਨੂੰ ਪਤਾ ਕੀ ਲੱਭਣਾ ਉਹ ਤੇ ਬਣਾਉਂਦਾ ਸਾਰਾ ਕੁਝ, ਬੜਾ ਕੁਲ ਲੱਭਣਾ ਛੱਡਦੇ ਗੱਲ ਹੈ। ਉਧਰ ਵੇ ਜਫੀਆਂ ਕਿੱਦਾਂ ਪੈਣ ਦੀਆਂ ਕੁੜੀ ਹੈਗੀਆਂ, ਚਲੋ ਪਿੰਡ ਚੱਲੀਏ। ਉਹ ਉੱਠੋ ਤਾਂ ਉਹ ਸੋਮਣ ਕੁੜੀ ਜੀਨਾ ਜੀਨਾ ਜੀ ਸੋ ਜਾਂਦੇ ਪੈਂਦੇ ਯਾਰ ਮੇਲਾ, ਆਪਾਂ ਲੀਡ ਚੱਲਾਂਗੇ ਇਹਨਾਂ ਨੂੰ ਘੱਲੀਏ ਪਹਿਲਾਂ, ਆਪਾਂ ਮਜ਼ੇ ਨਾਲ ਜਾਵਾਂਗੇ ਚਿੱਲ ਕਰਦੇ ਕੁਰਦੇ, ਮੇਸੀ ਨਾਲ ਘੱਲੀਏ ਮੇਸੀ ਨਾਲ। ਚਾਚੇ ਨੂੰ ਕਹਿਣ ਡਿਆ ਚਾਚਾ ਪੱਕੀ ਗੱਲ ਆ ਜਾ, ਵਾਰ ਲੱਗ ਜਾਣੀ ਜੇ ਤੇਰੇ ਕੋਲ ਪੈਸੇ ਹੈਗੇ ਨਾ ਚਾਰ ਵਰਤਲਾ ਬਾਸ਼ੀ ਕਰ ਲਾ, ਉਹ ਏਦਾਂ ਹੀ ਆ ਜੇ ਮੁਨਾਫਾ ਆਉਣਾ ਤੇ ਘਾਟਾ ਵੀ ਪੈਣਾ ਵਾ, ਇਹ ਹਰ ਵਾਰ ਨੀ ਪੰਜੇ ਘਿਓ ਚ ਨਹੀਂ ਹੁੰਦੀਆਂ ਹੈਂ, ਖਰਚਦਣੇ ਜਾਣਾ ਅੱਜ ਖਰਚਦਣੇ ਚਾਹੋ, ਤੇਲ ਪਾਉਂਦੇ ਲਿਆ ਗੱਡੀ 'ਚ 8000 ਦੀ ਨੰਗੀ ਫੁੱਲ ਹੋਣੀ ਉਹਦੀ ਰਾਣੀ ਸੁੰਦਰਾ ਦੀ, ਆਹ ਵੇਖ ਲੋ ਨਹੀਂ ਅੱਜ ਹੀ ਜਾਵਾਂਗੇ ਆਪਾਂ ਰਾਣੀ ਸੁੰਦਰ ਟੰਗੀ ਫੁੱਲ ਕਰਾਉਣੀ 8000 ਰੁਪਏ ਦੇ, 8000 ਇਹ ਲੱਗ ਜਾਣਾ ਹੈਂ, ਬਾਕੀ ਅੱਜ ਤੱਕ ਸਾਰਾ ਖਰਚ ਚੁੱਕਣਾ ਮੇਰਾ ਇੱਕ ਦਿਨ ਦਾ, ਕਿਉਂ ਮੈਨੂੰ ਮੈਂ ਚਾਚੂ ਕਿਹਾ ਮੈਂ ਇੱਕ ਮੈਂ ਸਾਰਾ ਖਰਚ ਚੁੱਕਣਾ ਮੇਰਾ ਇੱਕ ਦਿਨ ਦਾ ਅੱਜ ਦਾ ਹਿਸਾਬ ਨਾਲ ਯਾਰ, ਆਪਾਂ ਨੂੰ ਸੀਏ ਨਾ ਕਰਕੇ ਨਾ ਗੱਲ, ਮੈਂ ਅੱਜ ਸਾਰਾ ਕਰ ਹੀ ਦਵਾਂ ਕਟਾ ਕੇ, ਨਹੀਂ ਸੱਚੀ 8000 ਦਾ ਤੇਲ ਆ, 4000 ਦੀ ਡਾਈਟ ਖਾਣ ਪੀਣ ਦੀ ਸਾਰੇ ਬੰਦਿਆਂ ਦੀ ਜਿਹੜੇ ਨਾਲ ਆ ਮੇਰੇ, ਉਹਨਾਂ ਦਾ ਨਾਲ ਚੁੱਕਣਾ ਪੈਣਾ ਖਰਚਾ ਹੈਂ, ਕਿਉਂ ਮੈਨੂੰ ਹਾਂ ਮਤਲਬ ਕਿ ਟੋਟਲ 20000 ਰੁਪਏ ਲੱਗ ਜਾਂਦਾ ਔਖੇ ਸੌਖੇ ਹੋ ਗਏ, 20000 ਸਾਨੀ ਨਹੀਂ ਕੋਈ ਪੱਕੀ ਜ਼ਿੰਮੇਵਾਰੀ ਦੇ, ਜੇ ਮਤਲਬ ਕਿ ਗੱਡੀ ਤੇਲ ਨਾ ਪਈ ਫਿਰ ਸਾਡਾ ਖਰਚਾ ਹੈਗਾ 10000 ਦਾ, ਦੋ ਬੈਡ ਦੁੱਧ ਦੇ ਹੈਂ ਸਾਡੇ ਵਾਲੀ ਫਿਰ ਇੱਕ ਟਾਈਮ ਹੀ ਤੈਨੂੰ ਬਾਂਦਰ ਬਣਾ ਕੇ ਰੱਖਣਾ, ਸਫਾਈ ਕਰ ਲਈ ਓਕੇ ਰਿਪੋਰਟ ਜੀ ਆਹੋ, ਆਉਂਦੇ ਅਸੀਂ ਵਾਲ ਵੂ ਕਟਾ ਕੇ ਨਾ ਜਿਮ ਜੁਮ ਲਾ ਕੇ ਫਿਰ ਤੁਰਦੇ, ਤੁਸੀਂ ਚਲੋ ਅਸੀਂ ਆ ਗਏ ਲਾਇਆ ਜੀ ਮਿੱਤਰਾ, ਸਰਪੰਚ ਹੋਈ ਚੱਲੀਏ ਪਿੰਡ ਨੂੰ ਅਤੇ ਆਪਾਂ ਵੀ ਚੱਲਦੇ ਹਾਂ ਇੱਕ ਨਾ ਜਿੰਮ ਲਾ ਲਈਏ, ਅਤੇ ਵਾਲ ਵੂ ਕਟਾ ਕੇ ਐਂ ਸੋਹਣੇ ਨੋਣੇ ਬਣ ਕੇ ਚੱਲਦੇ ਹਾਂ, ਹੈ ਕੀ ਕਹਿੰਦਾ ਬਾਕੀ ਵੇਖਣਾ ਫਿਰ ਵਾਪਸ ਲੈ ਕੇ ਦਿਨ ਮਾਹੌਲ ਐਂ ਬੱਲਾ ਬੱਲਾ ਚਾਚਾ, ਫਿਲਟਰ ਲਾ ਕੇ ਤਾਂ ਗੁਰੂਆ ਝੂਠ ਹੀ ਹੋਣ ਡਿਆ ਕੰਮ ਤੇ, ਲੈ ਇੰਨੀ ਮੁਸ਼ਕਲ ਨਾਲ ਬਣਾਇਆ ਵੀਡੀਓ ਬਣਾਉਣ ਲਈ, ਚੰਗਾ ਪੈਸੇ ਕੈਸ਼ ਲੈ ਲੈਣੇ, ਕੈਸ਼ ਲੈ ਜਾਓ ਨਾਲ ਕੋਲ ਲੋੜ ਪੈਂਦੀ ਖਾ ਪੀ ਲਿਆ, ਉਹ ਬੈਗ 'ਚ ਹੀ ਪਿਆ ਤੁਹਾਨੂੰ ਕਿਹੜਾ ਬੈਗ ਤਾਂ ਚੇਤਾ ਭੁੱਲ ਗਿਆ।
ਉਹਨੇ ਕੋ ਗੱਡੀ ਅੰਦਰ ਵੇ ਚਾਬੀ ਨਾ ਨੇਲ ਨਿਕਲਦੀਆਂ ਨੇ ਤੇਲ ਦੇ ਬਾਅਦ ਗੂਗਲ ਪੇ ਭੇਜ ਦੇਣਾ ਇਹ ਕੈਸ਼ ਕੋਲ ਰੱਖ ਲਿਓ ਜਿੱਥੇ ਨਾ ਚੱਲੋ ਗੂਗਲ ਪੇ ਗੋਰੀ ਆਪਾਂ ਸਫਾਈ ਕਰੀਏ ਕਰਾ ਫਿਰ ਪੁੱਟ ਜਾਓ ਚਾਚਾ ਤੇਰੇ ਨਾਲ ਲੈ ਵੀ ਮਿੱਤਰਾ ਸਰਪੰਚ ਨਾਲ ਆਪਾਂ ਘਲਤਾ ਜੇ ਪਿੰਡ ਜੇ ਚੜ ਗਏ ਇਹ ਨਾ ਹੋਵੇ ਕਿਤੇ ਫਿਰ ਮੁੜਨ ਮੈਂ ਇਹਨੂੰ ਆਖਿਆ ਮੈਂ ਸ਼ਾਮਾਂ ਨੂੰ ਆਉਂਦੇ ਕਦੋਂ ਕੰਮ ਕਰਨੇ ਆ ਤੁਸੀਂ ਚਲੋ ਲੋਏ ਲੋਏ ਅਤੇ ਹੁਣ ਮੈਂ ਕੀਤਾ ਸਨੀ ਨੂੰ ਫੋਨ ਕੱਲ੍ਹ ਸਨੀ ਵੀ ਵਿਹਲਾ ਨਹੀਂ ਅਤੇ ਹੁਣ ਆਪਾਂ ਚੱਲਦੇ ਹਾਂ ਵਾਲ ਵੂ ਕਟਾ ਦਿੰਦੇ ਇੱਕ ਰੰਗ ਜ਼ਿਆਦਾ ਫਿੱਕਾ ਜਿਹਾ ਗਿਆ ਵਾਲਾਂ ਦਾ ਥੋੜ੍ਹਾ ਜਿਹਾ ਡਰ ਕਰਾਉਂਦੇ ਚਲੀ ਗਿਆ ਚਾਹ ਚਲ ਗੋਰੀ ਮਾਰ ਪੂਆ ਲੈ ਆ ਜਲੀ ਤੈਨੂੰ ਆਜਾ 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 ਲੈ ਮੈਨੂੰ ਤਰਾ ਮੇਲਾ ਬੰਦੇ ਫਸ ਹੀ ਜਾਂਦੇ ਨੇ 500 ਰੁਪਏ ਦਾ ਘਾਟਾ ਪੈ ਗਿਆ ਐਵੇਂ ਤੰਗ ਕੀਤਾ ਪੰਜੋ ਘੜੀਆਂ ਮੇਰਾ ਸਹੀ ਨਾ ਨੇ ਤੈਨੂੰ ਬਸ ਕੋ ਟੈਨਸ਼ਨ ਲਈ ਆ ਦੱਸ ਸੋਮਨ ਹੋ ਖਾ ਪੀ ਤੈਨੂੰ 7 ਕਰੋੜ ਰੁਪਏ ਤੇਰਾ ਵਿਆਜ 500 ਰੁਪਏ ਇੱਥੇ ਤੇਰੇ 1500 ਜਾਂ 1600 ਤੇਰੇ ਵਾਲ ਕੱਲੇ ਦੇ ਕਟਾ ਦੇਣੇ ਹੋਰ ਦੱਸ ਹੋਰ ਦੱਸ ਬਾਜ ਕਰਾ ਵਖ ਤੈਨੂੰ ਕੀ ਚਾਹੀਦਾ ਦੱਸੇ ਕਰਕੇ ਤਾਂ ਮੈਂ ਛੋਟੇ ਮੋਟੇ ਘਾਟੇ ਟੈਨਸ਼ਨ ਨਹੀਂ ਲੈਂਦਾ ਤੇਰਾ ਤੈਨੂੰ ਦੱਸਣੇ ਕਿ ਕਿਵੇਂ ਟੈਨਸ਼ਨ ਨਹੀਂ ਲੈਣੀ ਤੇ ਰਿਆ ਹੀ ਇੱਥੇ ਤਾਂ ਦੇ ਹੀ ਮੇਰੀ ਵਾਲੀ ਨੇ ਨਿਸ਼ਾਨੀ ਰੱਖੀ ਚਾਚਾ ਇਹਨੂੰ ਕਿਉਂ ਗਰਮ ਕਰਦਾ ਠੀਕ ਆ ਮੈਂ ਤੇ ਆਪ ਕਰਾਉਣੇ ਭਰਾ ਮੈਂ ਕਿਸੇ ਨੂੰ ਕਹਿਣਾ ਇੱਧਰ ਵੇ ਆਪਣੇ ਸਿਰ ਚ ਹੈਗੇ ਮੈਂ ਚਿੱਟੇ ਜਾਵੇ ਅੱਜ ਆਪਾਂ ਕਰਾ ਲੈਣੇ ਥੋੜੇ ਡਰਕ ਜੀ ਹਾਂ ਤੂੰ ਕਰਾਉਣਾ ਕੌਣ ਮੈਂ ਮੰਨਦਾ ਘੁੰਡੀਆਂ ਬੜੀਆਂ ਸੀ ਹੁਣ ਦੱਸਣ ਨੂੰ ਕੌਣ ਬੁੱਢਾ ਆ ਨਹੀਂ ਦੂਜੀ ਗੱਲ ਇਹ ਵੀ ਹੈ ਆਪਣੇ ਜੰਤਰ ਮੰਤਰ ਹਜੇ ਬੁੱਢੇ ਨਹੀਂ ਹੋ ਸਕਦੇ ਆਪਾਂ ਹਾਂ ਝੁੜੀਆਂ ਪੈਣੀਆਂ ਮੂੰਹ ਦੇ ਉਹ ਗੱਲ ਵੱਖਰੀ ਆ ਸੰਪਰਕ ਕਰੋ ਵੇਦ ਸਾਹਿਬ ਨੂੰ ਯਾਰ ਇਹਨੇ ਕਹਿੰਦਾ ਭੇਤੀ ਤੇ ਮੈਂ ਕਈਆਂ ਦਾ ਵਾ ਪਰ ਭੇਤ ਨਹੀਂ ਖੋਲ ਸਕਦਾ ਉਹ ਹਿਸਾਬ ਨਾਲ ਮਿਲਦਾ ਵਾ ਸਾਡੇ ਪਾਸੇ ਲੱਗਾ ਥੋੜੀ ਪਹਿਲਾਂ ਹੀ ਬਹਿ ਗਿਆ ਨਸਾਂ ਚੜ੍ਹਦੀ ਸਮੈਲ ਇਹਨਾਂ ਲਵਾਇਓ ਮੈਂ ਤੇ ਗਲਤੀ ਕੀਤੀ ਲਵਾ ਕੇ
ਸਟੋਰੀਆਂ ਪਾਉਣ ਵਾਲੇ ਤੈਨੂੰ ਬੜੇ ਚਲ ਗਏ ਆ, ਤੂੰ ਜਾ ਨੀ ਸਕਦਾ, ਤੇਰਾ ਤਾਂ ਮੈਨੂੰ ਪਤਾ ਜੋ ਕਵੇਂ ਦਿੱਤਾ ਮੈਂ ਮੰਨ ਲੂੰਗਾ, ਮੇਰੀ ਉਮਰ 56 ਸਾਲ ਹੋਰ ਦੱਸ ਤੇਰੀ 18 ਸਾਲ, ਪਰ ਇੱਕ ਗੱਲ ਤੁਹਾਨੂੰ ਮੈਂ ਕਹਿ ਦਿੰਦਾ, ਚੱਲ ਸਾਰੇ ਆਪਣੇ ਭਰਾ ਵਾ, ਸਟੋਰੀਆਂ ਵਾਲੇ ਜਿਹੜੇ ਬੰਦੇ ਸੀ ਉਹ ਇੱਕ ਦੋ ਸੀ, ਉਹ ਆਪਾਂ ਛੱਡਦੇ ਆ, ਪਰ ਜਿਹਨਾਂ ਨਾਲ ਆਪਣਾ ਦਿਲੀ ਪਿਆਰ ਆ ਮੈਂ ਨਾਂ ਵੀ ਲੈ ਦੂੰਗਾ, ਚੱਲ ਤੁਸੀਂ ਦੋ ਚਾਰ ਇੱਥੇ ਖਲੋਤੇ ਜਿਹੜੇ ਇਹ ਆ ਆਪਣਾ ਜਿੰਨੇ ਵੀ ਨਿਸ਼ਾਨ ਹੋਣੀ ਆ, ਸ਼ੇਰਾ ਹੋ ਗਿਆ, ਗੁਰੀ ਹੋ ਗਿਆ, ਸੋਢੀ ਹੋ ਗਿਆ, ਹਰਮਨ ਹੋ ਗਿਆ, ਇਹ ਭਰਾ ਹੀ ਤੇ ਭਰਾ ਹੀ ਰਹਿਣੇ ਆ, ਜੱਗਾ ਹੋ ਗਿਆ, ਜਿਹੜੇ ਬੰਦੇ ਜ਼ਿੰਦਗੀ 'ਚ ਆਪਣੇ ਨਾਲ ਖੜੇ ਆ ਕਿਸੇ ਨਾ ਕਿਸੇ ਟਾਈਮ 'ਤੇ, ਹੁਣ ਵੀ ਕਈ ਮੈਸੇਜ ਕਰ ਦਿੰਦੇ, ਪੈਰਸ ਹੋ ਗਿਆ, ਨਹੀਂ ਮਿਲਦੇ ਵੱਖਰੀ ਗੱਲ, ਲੱਕੀ ਹੋ ਗਿਆ, ਜਿਹੜੇ ਬੰਦੇ ਆਪਣੇ ਨਾਲ ਬਿਲਕੁਲ ਬੜੇ ਟਾਈਮ ਦੇ ਵਰਤਣ ਡੇ ਆ, ਨਹੀਂ ਕੰਮਾਂ ਕਾਰਾਂ ਕਿਸੇ ਹੋਣਾ, ਮਤਲਬ ਪਿਛਲੇ ਦੋ ਹਫ਼ਤੇ ਹੋ ਗਏ ਜੱਜੀ ਸਾਡੇ ਨਾਲ ਨਹੀਂ ਹੈਗਾ, ਪਰ ਉਹਦੇ ਘਰ 'ਚ ਪ੍ਰੋਬਲਮ ਸਾਨੂੰ ਪਤਾ ਆ, ਪਰ ਲੋਕਾਂ ਨੂੰ ਹਾਲ ਪੁੱਛੀ ਦਾ ਹਨਾ ਗੱਲ ਕਹਿੰਦੀ, ਹੁਣ ਜੱਗਾ ਮੇਰੇ ਸਾਰਾ ਮਹੀਨਾ ਡੇਢ ਮਹੀਨਾ ਆ ਗਿਆ ਆਪਣੇ ਕੰਮ 'ਚ ਬਿਜ਼ੀ ਆ, ਸਾਰੇ ਆਪਾਂ ਨਾਲ ਨਾਲ ਥੋੜੀ ਤੁਰੇ ਫਿਰਨਾ, ਹੁਣ ਅੱਜ ਆਪਾਂ ਇਕੱਠੇ, ਹੁਣ ਮਾਂ ਵੀ ਹੁਣੀ ਪਿੰਡ ਚਲੇ ਗਏ, ਹੁਣ ਜਿਹਨਾਂ ਨੇ ਸਵਾਦ ਲੈਣਾ ਉਹਨਾਂ ਨੇ ਪੁੱਛੀ ਜਾਣਾ ਉਹ ਬੰਦਾ ਕਿੱਥੇ ਆ ਬੰਦਾ ਕਿੱਥੇ, ਤੂੰ ਉਹਨਾਂ ਨੇ 6 ਮਹੀਨੇ ਆਪਾਂ ਨੂੰ ਮਿਲੇ ਸੀ ਪਿਛਲੀ ਵਾਰ, ਤੇ ਕਿੰਨੀਆਂ ਗੱਲਾਂ ਹੁੰਦੀਆਂ, ਲੜ ਪਏ, ਜੇ ਹੋ ਗਿਆ, ਵੋ ਹੋ ਗਿਆ, ਪਰ ਚੱਕਰ ਇਹ ਨਾ ਆਪਾਂ ਹੁਣ 24 ਘੰਟੇ ਵਲੋਗਾਂ 'ਚ ਵੀ ਆਉਂਦੇ, ਸਟੋਰੀਆਂ 'ਚ ਵੀ ਆਉਂਦੇ, ਹੁਣ ਕਈ ਬੰਦੇ ਆਪਣੇ ਇਹੋ ਜਿਹੇ ਕਿ ਆਪਣਾ ਸਟੋਰੀਆਂ ਵਲੋਗਾਂ 'ਚ ਹੈ ਹੀ ਨਹੀਂ, ਕਿੱਥੇ ਆ ਜਾਂਦਾ ਹੁਣ ਕੰਮ ਵੀ ਹੁੰਦੇ ਬੰਦੇ ਨੂੰ, ਪਰ ਇਹ ਗੱਲ ਕਹਿ ਦਈਏ ਨਾ ਕਿ ਦੁਨੀਆ ਸਵਾਦ ਲੈਂਦੀ ਆ, ਹੈਂ ਜਿਹੜੇ ਸਟੋਰੀ ਵਾਲੇ ਦੋ ਚਾਰ ਸੀ ਨਾ ਉਹ ਚਲ ਗਏ ਆ, ਆਪਾਂ ਸਾਲ ਉਮਰ ਘਟਾ ਗਿਆ ਪੂਰੀ ਫੋਮ ਸੀ ਆ, ਵੀਡੀਓ ਬਣਾਈ ਨੀ ਤੇ ਵੀਡੀਓ ਪਈ ਨੀ, ਬੰਦੇ ਸਾਰੇ ਏਦਾਂ ਗਿਰਬੋੜੇ ਸਨੀ ਵਾ, ਸਨੀ ਆ ਗਿਆ, ਕੀ ਕਹਿੰਦੀ ਭਾਬੀ
ਆਂਦੀ ਉੱਥੇ ਬੜਾ ਨੱਚਣ ਡਿਆ ਗੋਡੇ ਤੇ ਤੇਰੇ ਸੱਟ ਲੱਗੀ ਉੱਤੇ ਤੇਰੇ ਸਟੈਪ ਮਾਰ ਲਿਆ ਉਹਦਾ ਤੂੰ ਲੱਗਣਾ ਬੰਦਾ ਵੇਲਾ ਹੋ ਕੇ ਤੇ ਫੜਿਆ ਨਾ ਫੜਿਆ ਸੋਸ਼ਲ ਮੀਡੀਆ ਤੇ ਬੰਦਾ ਫੜਿਆ ਜਾਂਦਾ ਹੈ ਨਾ ਇੱਕ ਸਟਾਰ ਤੇਰੇ ਅਕਾਊਂਟ ਤੋਂ ਤੇ ਵੈਸੇ ਫੜਿਆ ਜਾਂਦਾ ਜਿੰਨੂੰ ਨਾ ਵੀ ਪਤਾ ਹੋਵੇ ਸਾਰੇ ਟੱਬਰ ਨੂੰ ਪਤਾ ਲੱਗ ਜਾਂਦਾ ਵੀ ਸਾਨੂੰ ਪਤਾ ਨਹੀਂ ਇਹ ਬਾਸ਼ੀ ਕਰਨ ਦੇ ਉਹ ਯਾਰ ਪ੍ਰਭਾਵ ਹੀ ਹੁੰਦਾ ਹੋਰ ਕੀ ਹੈਗਾ ਬੰਦੇ ਕੁਛ ਵੀ ਨਹੀਂ ਬੂਹਾ ਮਾਰੋ ਭੈਣ ਚੋ ਸਣੀ ਤੂੰ ਵੀ ਆਈ ਪੀ ਜਾਣਾ ਸੋਚ ਵਾਲੇ ਕੇਲੇ ਦਾ ਬਟਨ ਲੱਭਿਆ ਉਹ ਸੱਚ ਦਿੱਕਤ ਤੇ ਨਹੀਂ ਬਣ ਗਈ ਤੇਰੀ ਬੋਲ ਨਹੀਂ ਚੁੱਪ ਜਾ ਘੁੰਮ ਜਾ ਪਿਆ ਕਿੱਥੇ ਸਨੀ ਹਾਂਜੀ ਜਾਣ ਕਿਹੜੀ ਕਿਹੜੀ ਸਬਜ਼ੀ ਮਿਲਦੀ ਇੱਥੇ ਖਾਣ ਨੂੰ ਬਾਈ ਉਹ ਤਾਂ ਹੁਣ ਜਾਣ ਤੋਂ ਪਤਾ ਲੱਗੂ ਕਿਹੜੀ ਬਣਾਈ ਗਈ ਉਹ ਖੰਡੇ ਕੜੀ ਵੀ ਹੁੰਦੀ ਆ ਨਾ ਕੋਈ ਚੌਲ ਵੀ ਹੁੰਦੇ ਆ ਸੁੱਕੀ ਸਬਜ਼ੀ ਵੀ ਹੁੰਦੀ ਹਾਂ ਮਿਕਸ ਸਬਜ਼ੀ ਹੁੰਦੀ ਆ ਮਿਰਚਾਂ ਵੀ ਤਲੀਆਂ ਹੁੰਦੀਆਂ ਨਾਲ ਬਸ ਠੀਕ ਆ ਚਾਚਾ ਹਾਂ ਉੱਥੋਂ ਰੋਟੀ ਖਾਣੀ ਆਪਾਂ ਨੇ ਚੱਲੀ ਖਾਣੀ ਮੈਨੂੰ ਦੱਸਣਾ ਝੂਠ ਦਾ ਬੋਲੀ ਚੱਲ ਇਹਨਾਂ ਦਾ ਕੰਮ ਆ ਨਾ ਇਹਦਾ ਕੋਈ ਫਾਇਦਾ ਹੈਗਾ ਜਿਦਾਂ ਹੁਣ ਏਦਾਂ ਹੁੰਦਾ ਨਾ ਚਾਚਾ ਸਾਨੂੰ ਸਬਰ ਹੀ ਨੀ ਹੁੰਦਾ ਮੈਨੂੰ ਤੇ ਐਂ ਲੱਗਦਾ ਵੀ ਦੁਨੀਆ ਖਤਮ ਹੋ ਗਈ ਅੱਗੇ ਵੀ ਆ ਗਏ ਨੇ ਲਵਾਉਣਾ ਸਵਾਲ ਤੇਰੀ ਅੱਖ ਦੀ ਭੋਰੀ ਵੇਖ ਕੇ ਮੈਨੂੰ ਕੁਝ ਕੋਈ ਹੋਰ ਭੋਰੀ ਯਾਦ ਆਣ ਦੀ ਮੈਂ ਆਖਿਆ ਮੈਂ ਨਾ ਖਾ ਚਾਚਾ ਕਹਿੰਦਾ ਨੀ ਖਾਣੀ ਤੇਰੇ ਵਾਲੀ ਖਾਲਾ ਮੇਰੇ ਵਾਲੀ ਹੈ ਫੜ ਰਿਹਾ ਤੇ ਖਾ ਅੱਧਾ ਖਾਲਾ ਸ਼ਹਿਰ ਦੇ ਵਿੱਚ ਸ਼ਹਿਰੋਂ ਬਾਹਰ ਜਾਵਾਂ ਕਿਤੇ ਪੰਜ ਦੀ ਦੇ ਦੂਗੀ ਵੱਧ ਤੋਂ ਵੱਧ ਪਰ ਫਿਲਹਾਲ ਰਾਣੀ ਤਿੰਨ ਤੇ ਡਿੱਗੀ ਪਈ ਜੀ ਇਹ ਤੋਂ ਨਹੀਂ ਇਹ ਵਧਣ ਦੀ ਸ਼ਹਿਰ ਦੇ ਐਵੇਂ ਕੰਮ ਖਰਾਬ ਕਰਾਏਗਾ ਚਾਚਾ ਵੇਖਲਾ ਫਿਰ ਗਲਤ ਕਰ ਲਿਆ ਗੱਡੀ ਆਪ ਤੋਂ ਨਹੀਂ ਪੈਣੀ ਹੈ ਲੈ ਵੀ ਰਾਣੀ ਸੁੰਦਰਾ ਬਸੰਤੀ ਵੀ ਖਲੋਤੀ ਹੈ ਅਤੇ ਰਾਣੀ ਸੁੰਦਰਾ ਵੀ ਖਲੋਤੀ ਹੈ ਗੱਲ ਇੱਦਾਂ ਵਾ ਕਿ ਬੱਤੀ ਬੰਦ ਆ ਅਸੀਂ ਕਿਹਾ ਕਿ ਮਿੱਤਰਾ ਗੱਡੀ ਧੋਣੀ ਪੈਣੀ ਹੈ ਜਨਰੇਟਰ ਮੰਗਾਓ ਇਹਨੂੰ ਚੜ੍ਹ ਨਹੀਂ ਕਰਨਾ ਕਿਸੇ ਨੇ ਇਹ ਠੀਕ ਹੈ ਮੈਂ ਇੱਧਰ ਛੋਟ ਨਾ ਜੇ ਕਿਤੇ ਬਾਈਕ ਕਰਾਉਂਦਾ ਫਿਰੇਗਾ ਉੱਧਰੇ ਗੁਰੂਆ ਤੂੰ ਕਿਹੜੀ ਬਿਰਦੀ ਲਾ ਕੇ ਬੈਠਾ ਵਾ ਤੇਰੀ ਭੈਣ ਤੇ ਕੋਈ ਵੱਜੀ ਨਹੀਂ ਸਾ ਆ ਤੇਰੇ ਤੇ ਨਿਸ਼ਾਨਾ ਵਾਲਾ ਲਾਇਆ ਤੈਨੂੰ ਗੱਲ ਨਹੀਂ ਬਣੀ ਤੈਨੂੰ ਤੂੰ ਸਾਲਾ ਕਾਲੀ ਕਰ ਗਿਆ ਭੈਣ ਜੀ ਹੋ ਜਾ ਗੁਰੂਆ ਪਰ ਉਹਨੇ ਚਾਚਾ ਦੇ ਹੱਥ ਚੁੱਕ ਕੇ ਉਹ ਤੇ ਮੈਂ ਨਾ ਕਿਹੜੀ ਕਿਹੜੀ ਸਲਾਹ ਕਰਨ ਦੇ ਸੋਚ ਕੇ ਵੇਖ ਇਹੋ ਜਿਹੇ ਕਦੇ ਆਪਾਂ ਵੀ ਨਹੀਂ ਕੀਤੀਆਂ ਚਾਲੀ ਕਿੱਲੇ ਪਹਿਲੀ ਸੱਤ ਬੱਸਾਂ ਮੰਮੀ ਡੈਡੀ ਬਾਹਰ
ਲਿਸ਼ਕਾਂ ਪੁਸ਼ਕਾਂ ਮਾਰੂ ਕਿਤੇ ਫੇਰ ਹੀ ਪਿੰਡ ਜਾਊਗੀ ਇਹ। ਬਾਕੀ ਪਿੰਡ ਜਾਣ ਵਾਲਾ ਹਜੇ ਸਬੱਬ ਨੀ ਬਣ ਰਿਹਾ, ਸਰਪੰਚਾਂ ਨੂੰ ਘੱਲਤਾ ਅਸੀਂ ਅੱਜ, ਸਾਡੀ ਆਪ ਜਾਂਦੀ ਤੇ ਕੋਈ ਸਲਾਹ ਨੀ ਤੈਨੂੰ ਸਹੀ ਗੱਲ ਦੱਸੀ ਇਹਦੇ। ਬਾਕੀ ਵੇਹਣੇ ਸ਼ਾਮਾਂ ਨੂੰ ਕੀ ਬਣਦਾ, ਆਹ ਦੋ ਬੰਦੇ ਕੱਲ੍ਹ ਦੇ ਮੈਂ ਰਖਾਏ ਕਿ ਆਪਾਂ ਸ਼ਾਮਾਂ ਨੂੰ ਪਿੰਡ ਚੱਲ ਜਾਣਾ, ਇਹ ਵੀ ਹੁਣ ਮੇਰੇ ਮੂੰਹ ਵਾਲੇ ਦੇਖਣ ਡੇ ਕਿ ਜਾਣ ਦਾ ਨਾਂ ਨਹੀਂ ਲੈਣ ਡਿਆ। ਮੈਂ ਸ਼ਾਮਾਂ ਦਾ ਕਹਿਣ ਡਿਆ, ਸ਼ਾਮਾਂ ਦਾ ਕਹਿ ਕੇ ਮੈਂ ਕੱਲ੍ਹ ਸਵੇਰ ਪਾ ਦੇਣੀ ਆ, ਕੱਲ੍ਹ ਸਵੇਰੇ ਵੇਖਾਂ ਕੀ ਮਾਹੌਲ ਬਣਦਾ। ਪਹਿਲਾਂ ਆਈਫੋਨ ਦੇ ਆਈਫੋਨ 15-14 ਲੈਂਦੇ, ਪਰ ਅੱਜ ਉਹ ਨਹੀਂ ਗੱਲ, ਵੀਡੀਓ ਖਵਾ ਦੇ, ਆਈਫੋਨ ਹੀ ਨਹੀਂ ਆਉਣਾ, 12 ਆਉਣਾ। ਲੈ ਵੀ ਮਿੱਤਰਾ 12 ਲੈ ਲਓ, ਨਵੀਂ ਐਨਕ ਰੇਬਨ ਦੀ ਐਨਕਾਂ ਲਾਈਆਂ ਹੁਣ ਬੁੱਢੀਆਂ ਨੱਚਦੀਆਂ ਨਾਲ, ਇਹਦੇ ਵਿੱਚ ਵੀਡੀਓ ਬਣਦੀ ਐਨਕ ਦੀ ਵੀਡੀਓ ਬਣਦੀ ਹੈ। ਪਤਾ ਵੀ ਨਹੀਂ ਲੱਗਦਾ ਕੀ ਬਾਤ ਹੈ, ਚਾਚਾ ਤੇ ਸਿਰੇ ਦਾ ਉਹ ਆ ਨਾ ਲੁੱਚਾ ਆਪਣੇ ਲਈ ਮੁੰਡਾ ਬਣ ਬਣ ਪੈਂਦਾ ਵੇ, ਵਾਲ ਵਾਲ ਵਿਕਦਾ ਗਿਆ ਸੁਣੀ ਦੇ ਕੋਲੋਂ ਯਾਰ। ਦੱਸ ਗੁਰੂਆ ਉਹ ਗੱਲ 600 ਉਹਨੂੰ ਦਿੱਤਾ, 600 ਨੀ ਆ 600 ਲਾਉਂਦੇ ਆ, 600 ਵਾਲੇ ਵਾਲ ਲੈ ਕਿਤੇ ਘਰੇ ਨਾ ਜਾ ਕੇ ਦਾਦੀ ਮੈਂ 600 ਦੀ ਦਾੜੀ ਵਾਲ ਕਟਾਈ ਆ, ਮੈਨੂੰ ਬਾਅਦ ਚ ਮੈਂ ਕਹੀ ਦੱਸ ਜਾਣੀ ਕੀ ਆ ਵੀ ਮੈਂ ਰਖ ਲਈ ਦੱਸਤਾ ਤੂੰ ਕਿੱਥੇ ਲਾਈ ਆ, ਕਿੱਥੇ ਲਾਈ ਆ ਇਹਦੇ ਹੁਣ ਦਾਗ ਨਾਲ ਲਾਈ ਆ ਨਾ, ਮਤਲਬ ਜੀਨ ਪਾਈ ਮੈਂ ਨਿਸ਼ਾਨ ਆ ਜਾਣਾ ਵਾ, ਨਿਸ਼ਾਨ ਇੱਥੇ ਆ ਗਈ। ਸਪੀਕਰ ਦਿੱਤੇ ਜੇ ਤੇ ਕੈਮਰੇ ਵੀ ਹੈਗੇ ਸਾਡਾ, ਇੱਕ ਆਹ ਕੈਮਰਾ ਇੱਕ ਆਹ ਕੈਮਰਾ, ਇਹ ਕੁਆਲਿਟੀ ਵੀ ਵੇਖ ਸਕਦਾ ਥੱਲੇ ਧਿਆਨ, ਫਿਰ ਉੱਥੇ ਹੀ ਤੁਹਾਡਾ ਕੁੜੀ ਗ੍ਰਹਿ ਗਾਂਧੀ ਜੀ ਨਾ ਰਿਹਾ ਚਾਚਾ, ਫਿਰ ਉੱਥੇ ਰਿਹਾ ਗਾਂਧੀ ਜੀ ਹੈ, ਇਹ ਉੱਥੋਂ ਨਿਕਲ ਨਹੀਂ ਸਕਦੇ। ਨਹੀਂ ਚਾਚਾ ਗਲਤ ਤੂੰ ਕੀਤੀ, ਧਿਆਨ ਤੇਰਾ ਵਾ ਚਾਚਾ ਥੱਲੇ ਗਾਂਧੀ ਵਾਲੀ ਤੁਰਿਆ ਰਹਿੰਦਾ ਹੀ, ਖਾਨ ਨੂੰ ਵੀ ਤੇ ਡਾਨ ਨੂੰ ਯਾਰ ਹੀ ਮਿੱਤਰਾ ਕਹਿੰਦੇ 24 ਇੰਚ ਦੁਬਾਰਾ ਪਾ ਦੇ ਮੁੰਡਿਆਂ ਨੇ। ਮੈਂ ਵੀ ਆਹ ਵੀਲ ਆਪਾਂ ਪੰਜਾਬ 'ਚ ਪਹਿਲੀ ਵਾਰ ਲੈ ਕੇ ਆਏ ਸੀ 2018 ਦੀ ਲਾਸਟ ਦੇ ਵਿੱਚ, ਆਪਾਂ ਪਾਏ ਸੀ ਇੰਡੈਵਰ ਨੂੰ, ਉਹ ਲੱਗੀ ਮਨਿੰਦਰ ਵਾਲੀ ਇੰਡੈਵਰ, ਜਿਹੜੀ ਆਪਣੇ ਵਾਲੀ ਇੰਡੈਵਰ ਸੀ ਉਹਨੂੰ ਆਪਾਂ 2018 'ਚ ਆਹ ਵੀਲ ਹਾਰਡ ਕਰੋਮ 'ਚ ਪਾਇਆ ਸੀ, ਪਰ ਹੁਣ ਹਾਰਡ ਕਰੋਮ ਇੰਡੀਆ 'ਚ ਆਉਂਦੀ ਨਹੀਂ, ਉਹ ਇੱਕੋ ਵੀਲ ਆਇਆ ਸੀ ਆਪਾਂ ਤੋਂ ਮੰਗਾਇਆ ਸੀ, ਹੁਣ ਆਹ ਦੂਜੀ ਨੋਰਮਲ ਕਰੋਮ ਆਉਂਦੀ ਆ, ਅਤੇ ਇਹ ਹੈਗਾ 1,20,000 ਜਾਂ 1,00,000 ਦੇ ਲਾਗੇ ਬੰਨੇ ਪੈਂਦਾ, ਇੰਨਾ ਕੁ ਰੇਟ ਹੈ ਇਸ ਟਾਈਮ ਇਸ ਵੀਲ ਦਾ, ਪਰ ਇਹ ਉਸ ਟਾਈਮ 3,00,000 ਦੇ ਮੰਗਾਏ ਸੀ। ਲੈ ਜੀ ਮਿੱਤਰਾ ਬਹੁਤ ਬਹੁਤ ਮੁਬਾਰਕਾਂ, ਗੱਡੀ ਨੂੰ 000 ਨੰਬਰ ਲੱਗਣ ਤੇ, ਗੱਡੀ 1 ਨੰਬਰ ਦੀ ਤੇ ਨੰਬਰ 2 ਨੰਬਰ ਦਾ, ਉਹ ਤੇਰਾ ਭਲਾ ਜੇ ਕੀ ਕਹਿਣਾ ਹੈ, ਅੱਗੇ ਖਲੰਗ ਖੱਟ ਲੱਗਦੇ ਹੈਗੇ, ਉਤੋਂ ਹੋਰ ਲਵਾਏਗਾ। ਫਾਰਚੂਨਰ ਕੇ ਨਹੀਂ ਮੇਰੇ ਵੀਰੋ, ਆ ਜਾਓ ਫਿਰ, ਚਲੋ ਬਈ ਬਹੁ ਸ਼ਾਹ ਕਰਨ ਲੱਗਣਾ ਹੋ ਗਈ, ਓਕੇ ਰਿਪੋਰਟ ਆ ਗਈ 10 ਮਿੰਟਾਂ ਫਿਰ ਉਹ ਥਾਰ ਕਰ ਦੋ ਨਜ਼ਰ, ਨਹੀਂ ਕਰਦੇ ਮਾਰਦੇ ਪਾਣੀ ਯਾਰ, ਇੱਦਾਂ ਕਰਿਆ ਕਰ ਐਡੀ ਦੂਰੋਂ, ਕੋਈ ਨੀ ਪਾਣੀ ਮਾਰਦੇ ਬਾਹਰ ਬਾਹਰ। ਮਿੱਤਰਾ ਗੱਲ ਏਦਾਂ ਵਾ, ਰਾਣੀ ਸੁੰਦਰਾ ਧਵਾ ਗਏ ਯਾਰ ਮਿੱਤਰ ਮਿਲ ਪਏ ਉੱਥੇ ਸਰਵ ਸਟੇਸ਼ਨ ਤੇ ਬੈਠੇ ਰਹੇ, ਹੁਣ ਵਿਹਲੇ ਜੇ ਤੇ ਵਿਹਲੇ ਵੀ ਤਾਂ ਇਹ, ਮੈਂ ਬਈ ਮੈਂ ਜਿੰਮ ਲਾਉਣ ਜਾਣਾ, ਜਿੰਮ ਲਾ ਕੇ ਫਿਰ ਆਪਾਂ ਮਿਲਦੇ ਹਾਂ, ਫਿਰ ਬਣਾਉਂਦੇ ਹਾਂ ਮਾਹੌਲ, ਤੇ ਫਿਰ ਫਿਲਹਾਲ ਯਾਰ ਹੋਣੀ ਹੁਣ ਜਿੰਮ ਜਾਣਗੇ, ਜਿੰਮ ਜਾਣ ਤੋਂ ਬਾਅਦ ਚਾਚੀ ਹੋਣੀ ਤੇ ਤਰਲੇ ਮਾਂਡੇ ਪਿੰਡ ਜਾਣ ਨੂੰ, ਮੈਂ ਕਿਹਾ ਪਿੰਡ ਬਾਈ ਸਵੇਰੇ ਜਾਵਾਂਗੇ, ਹੁਣ ਫਿਲਹਾਲ ਲੈ ਜੇ ਕੋਈ ਮਾਹੌਲ ਨਹੀਂ ਜੇ ਪਿੰਡ ਜਾਣ ਦਾ, ਮਹਾਂ ਜਿੰਮ ਲੱਗਣਾ ਜੀ, ਤੇ ਪਿੰਡ ਦਾ ਮਾਹੌਲ ਸਵੇਰੇ ਸਵੇਰੇ ਪੱਕਾ 100% ਚਾਚਾ ਡਨ ਲੈ, ਸਹੀ ਸੱਚੀ ਚਾਚਾ 100% ਤੇ ਭਰਾਵਾ, ਰੋਜ਼ ਸਵੇਰੇ ਡਨ ਕਰਦਾ, ਰੋਜ਼ ਸ਼ਾਮੀ ਭੁੱਲ ਜਾਂਦਾ, ਨਹੀਂ ਨਹੀਂ ਸਵੇਰੇ, ਕੱਲ੍ਹ ਤੜਕੇ ਆਪਾਂ ਸਵੇਰ ਚੜ੍ਹਦੇ ਨਹੀਂ ਦੇਣੀ, ਆਪਾਂ ਤੜਕੇ 5 ਵਜੇ ਨਿਕਲ ਜਾਣਾ ਆਪਾਂ, ਚੱਲੇ ਯਾਰ ਹੁਣੀ ਜਿੰਮ ਨੂੰ।
ਹਾਂ ਚਾਚਾ ਵੇ ਤੈਨੂੰ ਨਹੀਂ ਪਾਇਆ ਪਿਆ ਫੱਬਦਾ ਨਹੀਂ ਫੱਬਦਾ ਮਾਸਾ ਨਹੀਂ ਸਹੀ ਗੱਲ ਫੀਲਿੰਗ ਕੋਚਾਂ ਵਾਲੀ ਲੈਣ ਡਿਆ ਪੂਰੀ ਉਧਰ ਪਏ ਮੈਂ ਤੇ ਵੇਖਿਆ ਨੀ ਕੋਈ ਤੁਰ ਫਿਰ ਲਈ ਕਿਤੇ ਕੈਫੇ ਕੁਫੇ ਬਹਿ ਜਾਈਏ ਪਰ ਕੀ ਕਰੀਏ ਕੌੜਾ ਘੁੱਟ ਕਰਨਾ ਪੈਂਦਾ ਯਾਰਾਂ ਲੈ ਵੀ ਮਿੱਤਰਾ ਸਾਡੀ ਬਸੰਤੀ ਵੀ ਆ ਗਈ ਉਹ ਤੇਰਾ ਭਲਾ ਜੇ ਤੇਰਾ ਗੁਰੂਆ ਮਾਸਾ ਫਰਕ ਰਹਿ ਗਿਆ ਮਾਸਾ ਕੀ ਬਸੰਤੀ ਲੈਟ ਫੁੱਟ ਜੇ ਲੱਗੀ ਬਸੰਤੀ ਲੱਗ ਜਾਣੀ ਨਜ਼ਰ ਬਸ 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 ਨਹੀਂ ਨਹੀਂ ਡਰਾਈਵਰ ਪੱਕਾ ਹੀ ਡੀ ਨੀ ਗੱਲਬਾਤ ਇੱਦਾਂ ਨਾ ਕਰ ਤੂੰ ਟੈਨਸ਼ਨ ਨਾ ਲੈ ਬਾਬਾ ਇਹ ਬਸੰਤੀ ਦੀ ਸੁਪਾਰੀ ਤੇ ਨਹੀਂ ਚੁੱਕ ਰਹੀ ਰੁਕੇ ਬਸੰਤੀ ਬਹੁਤ ਗਲਤ ਚੱਲਣ ਡੀ ਆ ਲੱਗਦਾ ਕਾਰਾ ਹੋਊਗਾ ਕਾ ਹੈ ਬਾਬਾ ਸੌ ਲੱਗੇ ਮਾੜਾ ਜਿਹਾ ਫਰਕ ਸੀ ਸਾਡੇ ਪਹਿਲਵਾਨ ਦਾ ਜਨਮ ਦਿਨ ਹੋਵੇ ਤੇ ਸਾਨੂੰ ਪਤਾ ਨਾ ਲੱਗਾ ਹੋਵੇ ਤੇ ਬੜੀ ਮਾੜੀ ਗੱਲ ਆ ਹੈ ਦੱਸਦੇ ਨੀ ਵੰਡਿਆ ਹੈਪੀ ਬਰਥਡੇ ਟੂ ਯੂ ਲੈ ਵੀ ਮੂੰਹ ਮਿੱਠਾ ਕਰੀਏ ਮੁੰਡੇ ਦਾ ਹੈ ਉਧਰ ਵੇ ਹਾਂ ਕਿੱਦਾਂ ਕੇਕ ਘੁੰਮਦਾ ਵੇ ਹੈ ਬੜਾ ਚੰਗਾ ਘੁੰਮਣਾ ਤੂੰ ਹੀ ਲੇਟ ਕਰਦਾ ਗੁਰੂਆ ਇੱਥੇ ਕੱਟਣਾ ਰੱਖ ਇੱਥੇ ਸ਼ਾਜੀ ਬੋਨਟ ਗਰਮ ਹੈਗਾ ਕੇਕ ਨਾ ਪਿਘਲ ਜਵੇ ਅੱਗੇ ਵੀ ਡਬਲ ਟੇਡ ਹੋ ਚਲੇ ਤੇਰਾ ਮਿੱਠਾ ਖਾਣ ਦੀ ਕਰਨ ਦਾ ਚਾਕੂ ਚਾਕੂ ਬਹੁਤ ਬਹੁਤ ਮੁਬਾਰਕਾਂ ਮੈਂ ਨਾਂ ਨਹੀਂ ਗਲਤ ਲਿਖਾਇਆ ਪਹਿਲਾਂ ਤੇਰਾ ਪੁੱਠਾ ਨਾਮ ਲਿਖਾ ਸਕਦਾ ਹੈ ਮੈਂ ਜਿਹੜਾ ਸਿਰਫ ਅਨੂ ਬਹੁਤ ਬਹੁਤ ਮੁਬਾਰਕ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਸੌਰੀ ਵੀਰ ਜੀ ਮੋਮਬੱਤੀ ਲੈ ਕੇ ਹੁੰਦਾ ਕੁਝ ਕਹਿ ਕੇ ਨਾ ਕੀ ਕਰਾਂ ਇਹ ਥੋੜੇ ਬੋਲੀ ਨਹੀਂ ਚੱਲਦੀ ਗਈ ਬਾਚੀਆਂ ਤੱਕ ਤੋੜ ਦਿੰਦਾ ਲੈ ਵੀ ਮਿੱਤਰਾ ਜਿਮ ਤੇ ਲਾ ਲਈ ਯਾਰ ਹੁਣਾਂ ਨੇ ਤੇ ਹੁਣ ਚੱਲੀਏ ਫਲੈਟ ਤੇ ਇੱਕ ਸਾਡਾ ਨੇਨੂ ਨਹੀਂ ਟਿਕਦਾ ਨੇਨੂ ਜਿੰਨਾ ਮਰਜ਼ੀ ਬਹਿ ਜਾਂਦਾ ਜੀ ਹੈ ਨਿੱਕੀ ਟਾਲੀ ਬਣਿਆ ਪਿਆ ਜੀ ਜਿਹੜੇ ਮਰਜ਼ੀ ਟੇਟਰ ਪਿੱਛੇ ਪੈ ਜਾਂਦਾ ਜੀ ਹੈ ਪਤਾ ਨਹੀਂ ਕਿਹਦੇ ਫਲੈਟ ਜਾ ਕੇ ਬੈਠਾ ਤੇ ਮੈਨੂੰ ਲੈ ਕੇ ਜਾਓ ਇੱਥੋਂ ਸੌਣ ਦਾ ਟਾਈਮ ਹੋਇਆ ਤਾਂ ਉੱਦਾਂ ਕਹਿੰਦਾ ਪਿੰਡ ਲੋਸ ਜਾਣਾ 12 ਵਜੇ ਡੇ ਜੇ ਚੈੱਕ ਕਰੋ ਇੱਧਰ ਇਹਨੂੰ ਹੁਣ ਲੈਣ ਜਾਣ ਡੇ ਤੂੰ ਬੜਾ ਭੱਜ ਭੱਜ ਗਾ ਯਾਰ ਫਲੈਟ ਦਾ ਤੈਨੂੰ ਪਤਾ ਨਹੀਂ ਆ ਲਕਸ਼ਮਣੀ ਹੈ ਇਹ ਆ ਤਾਰੇ ਥੱਲੇ ਕੀ ਮੈਂ ਓਏ ਕੀ ਮੈਂ ਕੀ ਮੈਂ ਚੱਲੀਏ ਅੰਮ੍ਰਿਤਸਰ ਚੱਲੀਏ ਹੈਂ ਵੇਲੇ ਪੁਲੀਆਂ ਖੇਡ ਮੰਮਾ ਜਾ ਕੇ ਉੱਥੇ ਮਾਸਾ ਹੈ ਓਏ ਦਸ ਦਿਨ ਜਿਹੜੇ ਕੱਥੇ ਰੱਖ ਰੱਖੀ ਆ ਮਿੱਟੀ ਮੁੱਟੀ ਤੈਨੂੰ ਖਵਾਈ ਉੱਥੇ ਹੈ ਦੱਸਦਾ ਨਹੀਂ ਕਣਕ ਭੈਣਾ ਰੰਗ ਹੋਵੇ ਤੇਰਾ ਮਾਸਾ ਲੈ ਵੀ ਮਿੱਤਰਾ ਪਹੁੰਚ ਗਈ ਯਾਰ ਨਹੀਂ ਫਲੈਟ 12:40 ਹੋ ਗਏ ਤੇ ਮੈਨੂੰ ਬਾਦਸ਼ਾਹ ਤੇਰੇ ਕਰਕੇ ਸਾਡੇ 40 ਮਿੰਟ ਖਰਾਬ ਹੋਏ ਜੀ ਤੂੰ ਨਿੱਕੀ ਟਾਲੀ ਨੂੰ ਜਿੰਨਾ ਮਰਜ਼ੀ ਪੈ ਜਾਂਦਾ ਟਾਈਮ ਸਿਰ ਫਲੈਟ ਆ ਜਾਂਦਾ ਨਾ ਤੂੰ ਲੈਣ ਜਾਂਦੇ ਤੇ ਹੁਣ ਅਸੀਂ ਸੁੱਤੇ ਹੋਣਾ ਸੀ ਹੋਰ ਸੁਣਾਉਣਾ ਕੀ ਖੜਦਾ ਤੈਨੂੰ ਸਿਰੇ ਪਿੰਡ ਕੋਈ ਨੀ ਟਾਈਮ ਸਿਰ ਖੜੂੰਗਾ ਟੈਨਸ਼ਨ ਨਾ ਲੈ
ਪੂਰੇ ਟਾਈਮ ਸਿਰ ਕਰੂੰਗਾ। ਬੰਦ ਕਰਦੇ ਜਾਣ ਪਾਦੋ ਮੁੰਡੇ ਚਾਚੇ ਨੂੰ। ਕੋਈ ਨਹੀਂ, ਤੈਨੂੰ ਮੁੰਡੇ ਚਾਚੇ ਦਾ ਮੈਨੂੰ ਪਤਾ ਨਹੀਂ, ਉਹ ਗੱਲ ਹੋ ਗਈ ਜਿਹੜਾ ਕਹਿੰਦਾ ਉਹੀ ਹੁੰਦਾ। ਮਿੱਤਰਾ ਪਹੁੰਚ ਗਈ ਯਾਰ ਨੀ ਫਲੈਟ ਤੇ, ਸਮਾਨ ਸਮੂਨ ਆਪਣਾ ਹੁਣੇ ਪੈਕ ਕਰ ਲਓ ਜਿਹੜਾ ਖੜਨਾ ਸਵੇਰੇ। ਇਹ ਹੈ ਪੈ ਗਿਆ ਬਸ ਸਾਰੇ ਤੇਰਾ ਵਾਟਰ ਕੂਲਰ ਜਿਹਾ। ਚੰਗਾ ਵੀ ਮਿੱਤਰੋ, ਮਿਲਦੇ ਹਾਂ ਸਵੇਰੇ ਫਿਰ ਨਵੇਂ ਵਲੋਗ ਦੇ ਨਾਲ। ਹੈ ਸਵੇਰੇ ਪਿੰਡ ਜਾਵਾਂਗੇ ਮੇਰੀ ਜਾਣ, ਅਤੇ ਬਾਕੀ ਜਾਂਦੇ ਜਾਂਦੇ ਕਿਹੜਾ ਜਿਹਾ ਕਮੈਂਟ ਕਰ ਜਿਓ, ਅਤੇ ਚੈਨਲ ਨੂੰ ਲਾਈਕ ਕਰ ਜਿਓ, ਮਤਲਬ ਕਿ ਜਿਹੜਾ ਵਲੋਗ ਵੇਖਿਆ ਉਹਨੂੰ ਲਾਈਕ ਕਰ ਜਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਜਿਓ ਮੇਰੀ ਜਾਣ। ਬਾਏ ਬਾਏ, ਜਿਹਦੇ ਵਾਸਤੇ ਰਹੋ, ਨਜ਼ਾਰੇ ਲਓ, ਬਾਦਸ਼ਾਹੀ ਕਰੋ, ਅਤੇ ਮਿਲਦੇ ਹਾਂ ਸਵੇਰੇ ਨਵੇਂ ਵਲੋਗ ਦੇ ਨਾਲ ਪਿੰਡ ਵਾਲੇ।